Thank you.
Thank you.
Thank you.
ਭੁੱਲ ਗਈ ਉਹਨੂੰ ਤੇ ਮੈਂ ਸਿਰਫ 20 ਮਿੰਟ ਵਾਸਤੇ ਵਜਾਉਣਾ ਸੀ ਉਹ ਉਸਨੇ ਸਾਢੇ 12 ਮਿੰਟ ਵਾਧੂ ਲਾਏ ਨੇ ਜੇ ਸਾਰੇ ਕਲਾਕਾਰ ਮਸਾਨੇ ਹੋਣ ਲੱਗੇ ਤੇ ਫਿਰ ਪ੍ਰੋਗਰਾਮ ਜਿਹੜਾ ਉਹ ਕੀਤਾ ਨਹੀਂ ਕਰ ਸਕਦਾ ਇਸ ਪਿਆਰੇ ਕਲਾਕਾਰ ਨੂੰ ਜਿਹਨੇ ਬਹੁਤ ਖੂਬਸੂਰਤ ਵਜਾਇਆ ਹੈ ਇਹ ਜ਼ਰੂਰ ਸਲਾਹ ਦਿਆਂਗਾ ਕਿ ਜਦੋਂ ਟਾਈਮ ਮਿਲ ਜਾਵੇ ਉਦੋਂ ਟਾਈਮ ਦੇ ਅੰਦਰ ਰਹਿਣ ਦੀ ਖੂਬੀ ਜਿਹੜੀ ਉਹ ਸਿੱਖੀ ਜਾਵੇ ਇਹਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਮੈਂ ਇਕੱਲਾ ਹੀ ਸਾਂਝਣਾ ਔਖਾ ਹੋ ਰਿਹਾ ਸਾਂ ਹੋਰ ਦੇ ਸਾਹਿਬ ਮਸਤਾਨੀ ਹੋਵੇ ਮੈਂ ਸਕੱਤਰ ਸਾਹਿਬ ਮੈਨੂੰ ਪ੍ਰੈਸ ਵੀ ਟਾਈਮ ਦੇ ਦੇਣਾ ਹੁਣ ਇੱਕ ਜ਼ਰੂਰੀ ਅਨਾਊਂਸਮੈਂਟ ਸੁਣ ਲਓ ਔਰ ਵੱਖ ਵੱਖ ਥਾਵਾਂ ਤੋਂ ਖੇਡ ਕੇ ਜਿੱਥੇ ਜਿੱਤ ਕੀਤਾ ਉੱਥੇ ਲਾ ਦਿੱਤੇ ਨੇ ਔਰ ਇਹ ਸੰਤੂਰ ਜਿਹੜਾ ਕਿੱਥੇ ਆਪਣੇ ਸੱਜਣ ਹੋਇਆ ਕਿੱਥੇ ਉਹਨਾਂ 'ਚ ਗੱਲਾਂ ਕਰਨ ਦੀ ਮੈਨੂੰ ਮਜਬੂਰੀ ਹੈ ਸੰਤੂਰ ਸਾਜ ਜਿਹੜਾ ਹੈ ਕਸ਼ਮੀਰ ਦੇ ਮੰਗਤਿਆਂ ਦਾ ਸਾਜ ਹੈ ਇਹਦਾ ਕੋਈ ਉਹਨੂੰ ਬਹੁਤ ਮੁੱਲ ਨਹੀਂ ਸੀ ਪਰ ਲੱਕੜ ਸਧਾਰਨ ਪਈ ਹੋਵੇ ਜਦੋਂ ਉਹਨੂੰ ਕਲਾਕਾਰ ਮਿਲ ਜਾਂਦਾ ਉਦੋਂ ਬੰਸਰੀ ਬਣਾ ਦਿੰਦਾ ਉਹ 'ਚ ਸੁਰੰਗ ਕੱਢਣੀ ਸ਼ੁਰੂ ਕਰ ਦਿੰਦਾ ਇਸ ਤਰ੍ਹਾਂ ਹੀ ਇਹ ਜਿਹੜਾ ਮੰਗਤਿਆਂ ਦਾ ਸਾਜ ਸੀ ਇਹਨੂੰ ਚੁੱਕੇ ਬਾਦਸ਼ਾਹ ਦੇ ਵਕਤ ਲਿਆਂਦਾ ਔਰ ਲਿਆਉਣ ਵਾਲਾ ਕੌਣ ਹੈ ਜਿਸਨੇ ਮਿਹਨਤ ਕੀਤੀ ਹੈ ਜਿਸਨੇ ਕਲਾ ਸਿੱਖੀ ਹੈ ਔਰ ਜਿਹਨੇ ਉਹਦੇ ਵਿੱਚ ਉਹ ਸਭ ਕੁਝ ਪੈਦਾ ਕਰ ਦਿੱਤਾ ਹੈ ਜੋ ਕੁਝ ਵੱਡੇ ਤੋਂ ਵੱਡੇ ਸਤਾਰ ਵਾਦਕ ਵੱਡੇ ਤੋਂ ਵੱਡੇ ਸਰੋਤ ਵਾਦਕ ਪੈਦਾ ਕਰ ਦਿੱਤੇ ਇਹ ਉਹਨਾਂ ਦਾ ਦੂਜਾ ਸ਼ਾਗਿਰਦ ਮੈਂ ਆਪ ਜੀ ਦਾ ਵਕਤ ਨਹੀਂ ਲੈਂਦਾ ਹਰਜਿੰਦਰ ਸਿੰਘ ਪੰਡਿਤ ਸ਼ਿਵ ਕੁਮਾਰ ਜੀ ਨੇ ਇਹ ਸਾਰੀ ਮਿਹਨਤ ਕੀਤੀ ਔਰ ਇਹ ਪੰਡਿਤ ਸ਼ਿਵ ਕੁਮਾਰ ਜੀ ਦਾ ਸ਼ਾਗਿਰਦ ਹੈ ਜਿਸ ਤਰ੍ਹਾਂ ਕਿਰਨਪਾਲ ਸਿੰਘ ਸਨ ਔਰ ਪਿੰਕੀ ਦੀਆਂ ਕਿਆ ਬਾਤਾਂ ਨੇ ਆਪਣੇ ਕ੍ਰਿਸ਼ਨ ਮਹਾਰਾਜ ਨੂੰ ਵਾਰ ਵਾਰ ਯਾਦ ਕਰਵਾ ਰਿਹਾ ਇਹਨੇ ਸਾਰਿਆਂ ਨਾਲ ਭੁਗਤਣਾ ਔਰ ਵੇਖਣਾ ਤੁਸੀਂ ਉਹਨੇ ਫਿਰ ਥੱਕਣਾ ਨਹੀਂ ਜੇ ਸਗਾ ਹੁਕਮ ਕਰਤਾ ਤਾਂ ਉਹਨੇ ਫਿਰ ਆਪਣੀ ਸੋਲੋ ਆਈਟਮ ਵੱਖਰੀ ਦੇਣੀ ਹੈ ਅਤੇ 15 ਮਿੰਟ ਵਿੱਚ ਹੀ ਆਪਣਾ ਸਾਰਾ ਇਜ਼ਹਾਰ ਕਰਨਗੇ ਜੋ ਕੁਛ ਵੀ ਇਹਨਾਂ ਕਲਾ ਦਾ ਕਰਨਾ ਹੈ
ਸਾਰੇ ਬੱਚਿਆਂ ਵਿੱਚ ਸੰਗੀਤ ਨੂੰ ਬੀਜਣ ਵਾਸਤੇ ਜਾਂ ਰੋਪਣ ਕਰਨ ਵਾਸਤੇ ਕਿੰਨਾ ਪ੍ਰਯਤਨ ਕੀਤਾ ਹੈ ਆਪਣੇ ਕੋਲ ਇਸ ਵੇਲੇ ਬੱਚੇ ਨੇ ਇਹ ਜ਼ਰੂਰ ਅਰਜ਼ ਕਰਨੀ ਹੈ ਕਿ ਸਤਿਗੁਰੂ ਜੀ ਨੇ ਬਹੁਤ ਮਿਹਰਬਾਨੀ ਕੀਤੀ ਸਾਡੇ ਉੱਤੇ ਜਿਹੜਾ ਇਸ ਸਮੇਂ ਉੱਤੇ ਸਾਨੂੰ ਮੌਕਾ ਦਿੱਤਾ ਹੈ ਆਪਣੇ ਨਵੇਂ ਬੱਚੇ ਕਲਾਕਾਰਾਂ ਨੂੰ ਸੁਣਨ ਦਾ ਔਰ ਇਹ ਅਸਾਂ ਜਰਾਂ ਲਗਾਤਾਰ ਇਸ ਤਰ੍ਹਾਂ ਸੁਣਦੇ ਰਹਾਂਗੇ ਸਾਨੂੰ ਪਤਾ ਰਹੇਗਾ ਕਿ ਸਾਡੇ ਬੱਚੇ ਅੱਗੇ ਨਾਲੋਂ ਕਿੰਨੀ ਪ੍ਰਗਤੀ ਵਿੱਚ ਨੇ ਉਹਨਾਂ ਦੇ ਮਾਂ ਬਾਪ ਜਿਨ੍ਹਾਂ ਦੇ ਬੱਚਿਆਂ ਨੇ ਇੱਥੇ ਕੰਮ ਕੀਤਾ ਹੈ ਉਹਨਾਂ ਨੂੰ ਹਰ ਦੇ ਖੁਸ਼ੀ ਤਸੱਲੀ ਹੋਵੇਗੀ ਕਿ ਸਾਡੇ ਬੱਚਿਆਂ ਨੇ ਵਕਤ ਜ਼ਾਇਆ ਨਹੀਂ ਕੀਤਾ
ਬਲਕਿ ਗੁਣੀ ਜਨਾਂ ਦੀ ਸੰਗਤ ਵਿੱਚ ਆਣ ਕੇ ਉੱਚੇ ਹੋਏ ਨੇ। ਆਪ ਜੀ ਨੂੰ ਇਹ ਜਾਣ ਕੇ ਵੀ ਖੁਸ਼ੀ ਹੋਵੇਗੀ ਕਿ ਵਲਾਇਤ ਦੇ ਸਿਤਾਰ ਦੇ ਉਸਤਾਦ ਉਸਤਾਦ ਵਲਾਇਤ ਖਾਨ ਸਾਹਿਬ ਇੱਥੇ ਤਸ਼ਰੀਫ ਲੈ ਆਏ ਨੇ ਔਰ ਕੱਲ੍ਹ ਦੀ ਸਭਾ ਜਿਹੜੀ 6 ਵਜੇ ਇਸੇ ਵੇਲੇ ਸ਼ੁਰੂ ਹੋਵੇਗੀ ਉਹ ਇਹਨਾਂ ਆਪਣੇ ਬੱਚਿਆਂ ਨੂੰ ਸੁਣਨਗੇ, ਸਤਿਗੁਰੂ ਜੀ ਦੇ ਦਰਸ਼ਨ ਕਰਨਗੇ। ਉਹਨਾਂ ਦੇ ਮਨ ਵਿੱਚ ਇਹ ਇੱਛਾ ਰਹਿੰਦੀ ਹੈ ਕਿ ਮੈਂ ਆਪਣੀ ਇਸ ਤੀਰਥ ਯਾਤਰਾ ਉੱਤੇ ਇਹ ਤੀਰਥ ਸਥਾਨ ਉੱਤੇ ਆਵਾਂ ਔਰ ਆ ਕੇ ਸਤਿਗੁਰੂ ਜੀ ਦੀ ਸੇਵਾ ਵਿੱਚ ਸਿਰ ਚੁਕਾਵਾਂ। ਕੱਲ੍ਹ ਉਹ ਆਏ ਨੇ, ਅੱਜ ਉਹ ਆਏ ਨੇ, ਕੱਲ੍ਹ ਸਾਨੂੰ ਇੱਥੇ ਆਣ ਕੇ
ਨਿਸ਼ਾਨ ਪਾਸੇ ਅੜ ਜਾਂਦਾ ਉਹਦਾ। ਅਗਰ ਭਗਤ ਇੱਧਰ ਸੋਧੀਆਂ ਵੱਲ ਨਹੀਂ ਆਇਆ। ਸੇਟ ਅਗਲਾ ਸੰਤ ਮਿੰਦਰ ਸਿੰਘ ਜੀ ਆਪਣਾ ਜਿਵੇਂ ਕਿ ਘਰ ਅਨਾਊਂਸ ਕੀਤਾ ਗਿਆ ਸੀ ਸ਼ਾਮ ਦੇ ਵਿੱਚ ਸ਼ਾਮ ਦੇ ਪ੍ਰੋਗਰਾਮ ਵਿੱਚ ਹਿੰਦੁਸਤਾਨ ਦੇ ਸੰਗੀਤ ਜਗਤ ਦੇ ਸੰਗੀਤ ਦੇ ਰੂਪ ਉਸਤਾਦ ਵੀ ਆਉਣਗੇ ਉੱਥੇ ਪਦਾਰਥ ਚੁੱਕੇ ਨੇ। ਇਸ ਤੋਂ ਇਲਾਵਾ ਜਲੰਧਰ ਤੋਂ ਆਲ ਇੰਡੀਆ ਰੇਡੀਓ ਦੇ ਮਸ਼ਹੂਰ ਕਲਾਕਾਰ ਉਸਤਾਦ ਸਰਦਾਰ ਭਗਤ ਸਿੰਘ ਸਾਂਗੜਾ ਉਹ ਵੀ ਇੱਥੇ ਪਹੁੰਚ ਰਹੇ ਨੇ ਔਰ ਹੋਰ ਸੰਗੀਤ ਪ੍ਰੇਮੀ ਸੰਗੀਤ ਸੁਣਨ ਦੇ ਸ਼ੌਕੀਨ ਸੰਗੀਤ ਦੇ ਚਾਹਵਾਨ ਔਰ ਗੁਰੂ ਦਰਸ਼ਨਾਂ ਦੇ ਚਾਹਵਾਨ ਇੱਥੇ ਆ ਰਹੇ ਨੇ ਤਾਂ ਕਿ ਜਿੱਥੇ ਸੰਗੀਤ ਦਾ ਰਸ ਮਾਣਿਆ ਜਾਵੇ ਸਾਧ ਸੰਗਤ ਦੇ ਸੰਗਤ ਦਾ ਰਸ ਮਾਣਿਆ ਜਾਵੇ ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰਕੇ ਜਨਮ ਸਫਲਾ ਕੀਤਾ ਜਾਵੇ ਤਾਂ ਇਹ ਸਾਰੇ ਪ੍ਰੋਗਰਾਮ ਇਕੱਠੇ ਇੱਕ ਵਕਤ ਇੱਕ ਜਗ੍ਹਾ ਇੱਕ ਦਿਨ ਇੱਕ ਸਮੇਂ ਇੱਥੇ ਸਾਨੂੰ ਪ੍ਰਾਪਤ ਹੋਣਗੇ। ਇਸ ਵੇਲੇ ਸੰਗੀਤ ਦੇ ਵਿਦਿਆਰਥੀ ਆਪਣੇ ਆਸਣਾਂ ਦੇ ਆਪਣੇ ਸਾਜ਼ਾਂ ਦੇ ਨਾਲ ਆਪਣੇ ਅੰਦਾਜ਼ ਦਾ ਆਪਣੀ ਮਟਕ ਦੇ ਨਾਲ ਇੱਥੇ ਸੁਸ਼ੋਭਿਤ ਨੇ ਔਰ ਇੱਕ ਵੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਛੋਟੇ ਜਿਹੇ ਸੰਗੀਤ ਜਗਤ
ਸਤਿਗੁਰਾਂ ਨੇ ਇਸ ਤਰ੍ਹਾਂ ਸਿਰਜਿਆ ਹੈ ਕਿ ਇਹਨਾਂ ਬੱਚਿਆਂ ਦੇ ਵਿੱਚੋਂ ਹੀ ਹਾਰਮੋਨੀਅਮ ਵਜਾਉਣ ਵਾਲੇ ਨੇ, ਇਹਨਾਂ ਵਿੱਚੋਂ ਹੀ ਤਾਨਪੁਰਾ ਵਜਾਉਣ ਵਾਲੇ ਨੇ, ਇਹਨਾਂ ਵਿੱਚੋਂ ਹੀ ਤਬਲਾ ਵਜਾਉਣ ਵਾਲੇ ਨੇ, ਇਹਨਾਂ ਵਿੱਚੋਂ ਹੀ ਸਾਰੰਗੀ ਵਜਾਉਣ ਵਾਲੇ ਨੇ, ਔਰ ਦੂਸਰੇ ਸਾਜ਼ ਤਾਸ਼ ਸ਼ਹਨਾਈ ਪਾਊਸ਼ ਦਰਬਾ ਸੰਤੂਰ, ਇਹ ਸਭ ਇਹ ਸੰਗੀਤ ਦੀ ਗੱਲਾਂ ਸੱਚੇ ਪਾਤਸ਼ਾਹ ਜੀ ਨੇ ਆਪਣੇ ਘਰ ਵਿੱਚ ਲੈ ਆਉਂਦੀ ਹੈ। ਆਮ ਜਗਤ ਵਿੱਚ ਇਹ ਹੁੰਦਾ ਹੈ ਕਿ ਸੰਗੀਤ ਦਾ ਬੱਚੇ ਪ੍ਰੋਗਰਾਮ ਤਾਂ ਕਰਦੇ ਨੇ ਪਰ ਉਹਨਾਂ ਦੀ ਸੰਗਤ ਵਾਸਤੇ ਉਸਤਾਦ ਜਿਹੜੇ ਕਰੋੜ ਉਮਰ ਦੇ ਮਦਦਗਾਰ ਹੁੰਦੇ ਨੇ, ਪਰ ਇਹ ਕ੍ਰਿਸ਼ਮਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਸੀਂ ਕਿੰਨਾ ਧੰਨਵਾਦ ਕਰੀਏ, ਕੋਟਾਨ ਬੋਰਡ ਤੋਂ ਵਾਦ ਕਰੀਏ, ਜਨਮ ਜਮਾਤ ਦਾ ਧੰਨਵਾਦ ਕਰੀਏ, ਸਾਡੀ ਸਮਰਥਾ ਹੀ ਨਹੀਂ ਉਹਨਾਂ ਦਾ ਧੰਨਵਾਦ ਕਰਦੇ। ਅਸੀਂ ਉਹ ਸਯੋਗ ਨਹੀਂ ਹਾਂ, ਅਸੀਂ ਨਾ ਮੁੱਲ ਪਾ ਸਕਦੇ ਹਾਂ ਉਹਨਾਂ ਦਾ, ਅਸੀਂ ਸਿਰਫ ਬਖਸ਼ਿਸ਼ ਮੰਗ ਸਕਦੇ ਹਾਂ, ਬਖਸ਼ਿਸ਼ ਲਈ ਅਰਜ਼ ਕਰ ਸਕਦੇ ਹਾਂ ਕਿ ਅਸੀਂ ਜਿਵੇਂ ਦੇ ਰਹੇ ਹਾਂ ਚੰਗੇ ਮਾੜੇ ਭਰੇ ਬੁਰੇ ਉਹਨਾਂ ਨੂੰ ਆਪਣੀ ਸਿਹਤ ਸੰਗੀਤ ਸੰਮੇਲਨ ਦੇ ਵਿੱਚ ਇਹ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਇੱਕ ਭਾਗ ਵਿੱਚ ਪਹਿਲਾਂ ਪ੍ਰਾਰਥਨਾ ਦੇ ਰੂਪ ਵਿੱਚ ਇਹਨਾਂ ਬੱਚਿਆਂ ਦਾ ਸ਼ਬਦ ਗਾਇਨ ਹੋਵੇਗਾ, ਉਸ ਤੋਂ ਬਾਅਦ ਇੱਕ ਦੋ ਆਈਟਮਾਂ ਸੰਗੀਤ ਦੀਆਂ ਜਿਹਨਾਂ ਵਿੱਚ ਸ੍ਰੀ ਮਹਾਰਾਜ ਜੀ ਦਾ ਗਾਣਾ ਔਰ ਹੋਰ ਕਲਾਕਾਰਾਂ ਦਾ ਸੰਗੀਤ ਦਾ ਗਾਇਨ ਜਾਂ ਵਾਦਨ ਹੋਵੇਗਾ। ਉਸ ਤੋਂ ਬਾਅਦ ਛੋਟੇ ਬੱਚਿਆਂ ਦਾ ਸੰਗੀਤ ਦਾ ਮੁਕਾਬਲਾ ਹੋਵੇਗਾ, ਜਿਸ ਵਿੱਚ ਆਪਣੇ ਆਪਣੀਆਂ ਤੋਤਰੀਆਂ ਜ਼ਬਾਨਾਂ ਨਾਲ ਤੇ ਮਿੱਠੇ ਗਲਿਆਂ ਦੇ ਨਾਲ ਜੋ ਇਹਨਾਂ ਨੇ ਸੰਗੀਤ ਦਾ ਅਭਿਆਸ ਕੀਤਾ ਪਿਛਲੇ ਸਮਿਆਂ ਵਿੱਚ ਔਰ ਅੱਜ ਦੇ ਦਿਨ ਵਾਸਤੇ ਜੋ ਇਹਨਾਂ ਮਿਹਨਤ ਕੀਤੀ ਹੈ, ਜੋ ਤਿਆਰੀ ਕੀਤੀ ਹੈ, ਜਿਸ ਰੀਝ ਨਾਲ, ਜਿਸ ਉਤਸ਼ਾਹ ਨਾਲ, ਜਿਸ ਲਗਨ ਨਾਲ ਉਹਦਾ ਇਹ ਔਰ ਉਸ ਦਾ ਬਾਕਾਇਦਾ ਮੁਕਾਬਲਾ ਜੱਜ ਸਾਹਿਬਾਨ ਸੰਗੀਤ ਦੇ ਮੁਨਸਬ ਇੱਥੇ ਬੈਠ ਕੇ ਕਰਨਗੇ, ਉਹਨਾਂ ਨੂੰ ਨੰਬਰ ਦਿੱਤੇ ਜਾਣਗੇ ਕ੍ਰਮਵਾਰ, ਪਹਿਲਾ ਦਰਜਾ, ਦੂਸਰਾ ਦਰਜਾ, ਤੀਸਰਾ ਦਰਜਾ, ਇਤਿਹਾਸਕ ਆਉਣ ਵਾਲਿਆਂ ਨੂੰ ਇਨਾਮਾਂ ਨਾਲ ਸਨਮਾਨਿਆ ਜਾਵੇਗਾ, ਤਾਂ ਕਿ ਅੱਗੋਂ ਤੋਂ ਫਿਰ ਇਹ ਉਸੇ ਤਰ੍ਹਾਂ ਹੀ ਨਵੇਂ ਉਤਸ਼ਾਹ ਦੇ ਗੋਸ਼ ਦੇ ਨਾਲ ਇਹ ਸਾਰੇ ਕਾਰਜਕ੍ਰਮ ਵਾਸਤੇ ਅਗ੍ਰਸਰ ਹੋ ਗਏ ਨਗਰ। ਸ਼ਾਮ ਨੂੰ ਫਿਰ ਵਿਸ਼ੇਸ਼ ਸੰਗੀਤ ਸਭਾ ਹੋਵੇਗੀ, ਦੁਪਹਿਰ ਨੂੰ ਜਿਹੜੇ ਪ੍ਰੋਗਰਾਮ ਨੇ ਉਹ ਉਸੇ ਤਰ੍ਹਾਂ ਹੀ ਆਪਣੇ ਕ੍ਰਮ ਅਨੁਸਾਰ ਕੀਰਤਨ ਦੇ ਭਜਨ ਧਰਮ ਜੀ ਦੇ ਚੱਲਣਗੇ। ਅੱਜ ਦੀ ਇਸ ਪ੍ਰਤੀਯੋਗਤਾ ਨੂੰ ਇੱਕ ਖਾਸ ਫੰਡ ਦੇ ਅਧੀਨ ਕੀਤਾ ਜਾ ਰਿਹਾ ਹੈ। ਇਹ ਮੁੱਢਲੇ ਪ੍ਰੋਗਰਾਮ ਤੋਂ ਬਾਅਦ ਸੰਗੀਤ ਮੁਕਾਬਲਾ ਪਹਿਲੋਂ ਗਾਇਨ ਦਾ ਹੋਵੇਗਾ, ਫਿਰ ਤਬਲੇ ਦਾ ਹੋਵੇਗਾ, 6 ਤੋਂ 8 ਸਾਲ ਦੇ ਦਰਮਿਆਨ ਬੱਚਿਆਂ ਦੀ ਉਮਰ ਵਾਲੇ, 6 ਸਾਲ 7 ਸਾਲ 8 ਸਾਲ ਇਹ 6 ਸਾਲ ਦੇ ਰੇਂਜ ਦੇ ਵਿੱਚ ਗਾਇਨ ਬੱਚਿਆਂ ਉਮਰ ਦੇ ਛੋਟੇ ਛੋਟੇ ਬੱਚੇ ਉਹਨਾਂ ਦਾ ਗਾਇਨ ਹੋਵੇਗਾ, ਤੁਰਗਾ ਬਹਾਦਰ ਹੋਵੇਗਾ। ਫਿਰ ਜਿਹੜੇ 8 ਤੋਂ ਲੰਘ ਕੇ 16 ਤੱਕ ਬੱਚੇ ਨੇ ਉਹਨਾਂ ਦਾ ਤਬਲੇ ਦਾ ਗਾਇਨ ਦਾ ਮੁਕਾਬਲਾ ਹੋਵੇਗਾ 8 ਤੋਂ 11 ਤੱਕ, ਫਿਰ 12 ਤੋਂ 16 ਤੱਕ ਤੀਸਰਾ ਗਰੁੱਪ ਹੋਵੇਗਾ ਜਿਹਨਾਂ ਦੇ ਗਾਇਨ ਹੋਣਗੇ, ਤਬਲਾ ਹੋਵੇਗਾ, ਜਿਹੜੇ ਸਾਜ਼ ਵੀ ਸਿੱਖ ਰਹੇ। ਤੋ
ਜਿਸ ਲਗਨ ਨਾਲ ਰੀਤ ਔਰ ਮਿਹਨਤ ਨਾਲ ਇਹਨਾਂ ਵਿਦਿਆਰਥੀਆਂ ਨੇ ਤਿਆਰੀ ਕੀਤੀ ਹੈ, ਤੁਹਾਡਾ ਇਹਨਾਂ ਨੂੰ ਇੱਥੇ ਬੜੇ ਪਿਆਰ ਨਾਲ ਬੈਠ ਕੇ ਸ਼ਰਮ ਕਰਨਾ ਔਰ ਦਾਤ ਦੇਣੀ ਔਰ ਅਸੀਸਾਂ ਦੇਣੀਆਂ ਜਿਹੜੀਆਂ ਤੁਸੀਂ ਆਪਣੇ ਮਨ ਚ ਦੇਣੀਆਂ ਨੇ ਉਹ ਇਹਨਾਂ ਬੱਚਿਆਂ ਵਾਸਤੇ ਤਾਂ ਕਿ ਔਰ ਸੱਚੇ ਪਾਤਸ਼ਾਹ ਜੀ ਦੇ ਆਪਣੇ ਵਿੱਚ ਅਰਦਾਸ ਕਰਨੀ ਹੈ ਕਿ ਇਹਨਾਂ ਤੇ ਬਖਸ਼ਿਸ਼ ਕਰਨ, ਹੋਰ ਬਖਸ਼ਿਸ਼ ਕਰਨ, ਇਹਨਾਂ ਤੇ ਬਖਸ਼ਿਸ਼ ਕੀਤੀ ਹੋਈ ਖਲੋਤੀ ਹੈ ਉਹ ਅੰਦਰ ਆਣ ਕੇ ਇਸ ਪ੍ਰੋਗਰਾਮ ਨੂੰ ਸ਼ਰਮ ਕਰੇ। ਥੋੜੀ ਦਿਨ ਬਾਅਦ ਹੀ ਕੁਛ ਹੀ ਲਵੇ ਵਿੱਚ ਵਿਸ਼ੇਸ਼ ਸਭਾ ਦਾ ਜੋ ਆਯੋਜਨ ਕੀਤਾ ਜਾ ਰਿਹਾ ਹੈ ਆਪ ਜੀ ਦੀ ਹਜ਼ੂਰੀ ਵਿੱਚ ਇੱਕ ਸਮੂਹ ਗਾਇਨ ਪੇਸ਼ ਕਰਕੇ ਅੱਜ ਦੇ ਇਸ ਸੰਗੀਤ ਸੰਮੇਲਨ ਦਾ ਸ੍ਰੀ ਗਣੇਸ਼ ਹੋਵੇਗਾ। Thank you.
ਉੱਚੀ ਪ੍ਰਾਰਥਨਾ ਰੂਪ ਵਿੱਚ ਭੱਟਾਂ ਦੇ ਸਵਈਆਂ ਚੋਂ ਅੰਤਨਾ ਪਾਵਤ ਦੇਵ ਸਵੇ ਦਾ ਸ਼ਬਦ ਜੋ ਸੰਗੀਤ ਦੇ ਵਿਦਿਆਰਥੀਆਂ ਨੇ ਗਾਇਨ ਕੀਤਾ ਹੈ। ਹੁਣ ਨਾਮਧਾਰੀਆਂ ਵਿੱਚ ਸੰਗੀਤ ਦੀ ਪ੍ਰਵਿਰਤੀ ਨੂੰ ਹੋਰ ਪ੍ਰਫੁੱਲਿਤ ਕਰਨ ਵਾਸਤੇ ਔਰ ਸੰਗੀਤ ਦੇ ਸਾਰੇ ਪ੍ਰੋਗਰਾਮਾਂ ਵਿੱਚ ਅਗਵਾਈ ਕਰਨ ਵਾਲੇ ਸ੍ਰੀ ਮਹਾਰਾਜ ਵੀਰ ਸਿੰਘ ਜੀ, ਜਿਨ੍ਹਾਂ ਦੀ ਮਿਹਨਤ ਨਾਲ ਕਿਰਪਾ ਨਾਲ ਸਮੁੱਚੇ ਪੰਥ ਵਿੱਚ ਇਸ ਸੰਗੀਤ ਦੀ ਸੰਚਾਲਨਾ ਸੰਰਚਨਾ ਹੋ ਰਹੀ ਹੈ। ਉਹ ਆਪ ਕਿਰਪਾ ਕਰਨਗੇ। ਮਹਾਰਾਜ ਜੀ, ਸਭ ਤੋਂ ਪਹਿਲਾਂ ਤਿਉਹਾਰ ਵਿੱਚ ਅਸਾਵਿਤਾ ਗਾਇਨ ਕਰਨਗੇ, ਜੋ ਉਹਨਾਂ ਨੇ ਗਾਇਨ ਕਰਨਾ ਹੈ ਉਸਦੇ ਸ਼ਬਦ ਇਸ ਪ੍ਰਕਾਰ ਨੇ। ਇਹ ਸੰਗੀਤ ਰਚਨਾ ਹੈ ਜਿਹੜੀ ਕਿ ਸਮਾਰ ਦੇ ਵਿੱਚ ਗਾਈ ਜਾਂਦੀ ਹੈ। ਮਾਹੀ ਸੁਹੂ ਰੰਗ ਭੁੱਲਿਓ ਸਗਨ ਮਦਾਵਰਾ, ਮਾਹੀ ਸੁਹੂ ਰੰਗ ਭੁੱਲਿਓ, ਮੈਂ ਪੀਰ ਪਾਇਆ ਨਜਾਮੋ ਦੀ ਨੌਲੀਆ, ਜਨਮ ਜਨਮ ਕੇ ਦੁੱਖ ਭੁੱਲਿਓ। ਜਿਵੇਂ ਕਿ ਆਪ ਦੇਖ ਰਹੇ ਹੋ, ਇਹਨਾਂ ਦੇ ਨਾਲ ਪਖਾਵਜ ਦੀ ਸੰਗਤ ਕਰ ਰਹੇ ਨੇ ਉਸਤਾਦ ਭਾਈ ਨਿਹਾਲ ਸਿੰਘ ਜੀ, ਔਰ ਉਹਨਾਂ ਦਾ ਹੀ ਸ਼ਾਗਿਰਦ ਸੁਖਵਿੰਦਰ ਸਿੰਘ, ਜਿਹਦਾ ਉਪਨਾਮ ਪਿੰਕੀ ਹੈ। ਮਹਾਰਾਜ ਜੀ ਦਾ ਸਾਥ ਦੇ ਰਹੇ ਨੇ, ਸਹਿਯੋਗ ਦੇ ਰਹੇ ਨੇ ਸ਼੍ਰੀ ਹਜ਼ੂਰ ਸਿੰਘ ਜੀ ਚੰਦਰਹਾਂਸ, ਪੁਰਾਣੇ ਸੰਗੀਤ ਦੇ ਮਹਾਰਥੀ ਅਤੇ ਉਸਤਾਦ ਸੰਤ ਹਰਭਜਨ ਸਿੰਘ ਜੀ। ਤਾਂ ਹੁਣ ਸੁਣੋ ਅਸਾਵਰੀ ਵਿੱਚ ਤਮਾਰ। Thank you.
ਮਦਰ ਗੰਜ ਦੁਆਰਾ ਅਸਾਵਰੀ ਵਿੱਚ ਤਵਾਰ। ਹੁਣ ਅਸਾਵਰੀ ਵਿੱਚ ਵੀ ਸ੍ਰੀ ਮਹਾਰਾਜ ਜੀ ਚਾਰ ਤਾਲ ਵਿੱਚ ਇੱਕ ਬੰਦਿਸ਼ ਪੇਸ਼ ਕਰਨਗੇ। ਸੰਗੀਤ ਦੀ ਬੰਦਿਸ਼ ਹੈ, ਸੰਗੀਤ ਜਾਣਨ ਵਾਲੇ ਸੱਜਣ ਅੱਛੀ ਤਰ੍ਹਾਂ ਇਹ ਸਮਝ ਸਕਣਗੇ ਸੰਗੀਤ ਦੇ ਤਾਲਾਂ ਦਾ ਔਰ ਸੰਗੀਤ ਦੀ ਸ਼ਬਦਾਵਲੀ ਦਾ ਇਹਦੇ ਵਿੱਚ ਵਰਣਨ ਹੈ। ਬੋਲ ਨੇ ਗਾਇਓ ਨਾਦ ਸਾਗਰ ਸਵਰ ਸੁਸੰਗਤ ਪੂਰਨ ਜਹਾਜ ਕਾਵ ਅੰਚਲ ਭ੍ਰਮਰ ਗੀਤ ਮਾਂਡ ਸਾਮਾ ਗਾ ਰੇਸਾ ਜਬ ਸਮਾਨ ਦੁਆ ਤਰਨ ਸਰਬ ਵਰਣ ਦੁਆ ਮਾਟ ਜੁਗਲ ਬੰਧ ਤ੍ਰਿਵਟ ਕੌਲ ਤਾਰੁ ਤ੍ਰੋਪਤ ਚੌਤਾਲ ਸੰਗ ਬਾਜਨ ਲਾਗੇ ਸਮ ਅਸਮ ਅਤੀ ਅਨਗਾਤ ਵਰਣ। ਤੋ ਹੁਣ ਸ੍ਰੀ ਮਹਾਰਾਜ ਜੀ ਦੁਆਰਾ ਗਾਇਨ ਕੀਤੀ ਆਸਾ ਬਾਈ ਚਲੀ ਗਈ ਚਲਾਉਣਗੇ ਮੈਂ ਚਲੀ ਜਨਰੇਟਰ ਚਲਾਉਣ।